उधर भी करते हैं जेडे 1947 कुछ विछड़ गए सी उन्हां दा प्लस ਸਾਡੇ ਜੋ ਉੱਥੇ ਮਸਜਿਦਾਂ ਨੇ ਉਹਨਾਂ ਦਾ ਕਿਵੇਂ ਰੱਖ ਰਖਾਵ ਹੋਣਾ ਚਾਹੀਦਾ ਇਹਨਾਂ ਤੋਂ ਬਹੁਤ ਇਸ ਗੱਲ ਚ ਗਵਰਨਮੈਂਟ ਕਾਲਜ ਚ ਪੰਜਾਬੀ ਦੇ ਪ੍ਰੋਫੈਸਰ ਨੇ ਜੀ ਤੇ ਹੈ ਸੁਸ਼ੀਲ ਦਸਾਂ ਜੀ ਸਾਡੇ ਬਹੁਤ ਵੱਡੇ ਸਾਡੀ ਇੱਕ ਟੀਵੀ ਸ਼ਖਸੀਅਤ ਆ ਆਪਣਾ ਚੈਨਲ ਚਲਾਉਂਦੇ ਨੇ ਆਪਣਾ ਮੈਗਜ਼ੀਨ ਹੁਣ ਕੱਢਦੇ ਨੇ ਔਰ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਜਿਹੜੇ ਮਸਲੇ ਨੇ ਲੋਕਾਂ ਦੇ ਮਸਾਇਲ ਨੇ ਉਹਨਾਂ ਨੂੰ ਉਠਾਉਂਦੇ ਨੇ ਬੜੀ ਸ਼ਿੱਦਤ ਨਾਲ ਔਰ ਬਹੁਤ ਵੱਡਾ ਇਹਨਾਂ ਦਾ ਕੰਮ ਆ ਜੇ ਆਪਾਂ ਯੂਟਿਊਬ ਦੇਖੀਏ ਜਾਂ ਸਾਡੇ ਪੰਜਾਬੀ ਦੇ ਚੈਨਲਸ ਦੇਖੀਏ ਇਹਨਾਂ ਦਾ ਜਿਹੜਾ ਹੁਣ ਮੈਗਜ਼ੀਨ ਆ ਉਹ ਬਹੁਤ ਮਕਬੂਲ ਆ ਜੀ ਕਮਲਪ੍ਰੀਤ ਕੌਰ ਦਸਾਂਝ ਇਹਨਾਂ ਦੇ ਬੇਗਮ ਨੇ ਜੀ ਇਹ ਇਹਨਾਂ ਦੇ ਨਾਲ ਹੱਥ ਉਠਾਉਂਦੇ ਨੇ ਇਹ ਵੀ ਚੈਨਲ ਦੇ ਵਿੱਚ ਇਹਨਾਂ ਦੀ ਹੈਲਪ ਕਰਦੇ ਆ ਪਲੱਸ ਇਹ ਮੈਗਜ਼ੀਨ ਦੇ ਵਿੱਚ ਵੀ ਇਹਨਾਂ ਦੇ ਨਾਲ ਨੇ ਜਸਵਿੰਦਰ ਕੌਰ ਸਾਡੇ ਜਿਹੜੇ ਗਿੱਲ ਸਾਹਿਬ ਨੇ ਇਹਨਾਂ ਦੇ ਮੁਹਤਰਮਾ ਇਹ ਉੱਥੋਂ ਸਾਡੇ ਐਜੂਕੇਸ਼ਨ ਚੋਂ ਰਿਟਾਇਰ ਹੋਏ ਨੇ ਜੀ ਬਤੌਰ ਪ੍ਰੋਫੈਸਰ ਪੰਜਾਬੀ ਲਿਖਣ ਦਾ ਬਹੁਤ ਇਹਨਾਂ ਨੂੰ ਜ਼ਿਆਦਾ ਸ਼ੌਕ ਆ ਜੀ ਡਾਕਟਰ ਸ਼ਿੰਦਰਪਾਲ ਸਿੰਘ ਇਹ ਸਾਡੇ ਉੱਥੇ ਯੂਨੀਵਰਸਿਟੀ ਦੇ ਰਜਿਸਟਰਾਰ ਵੀ ਰਹੇ ਨੇ ਸੀਨੀਅਰ ਪ੍ਰੋਫੈਸਰ ਰਿਟਾਇਰ ਹੋਏ ਨੇ ਪੰਜਾਬੀ ਦੇ ਬਹੁਤ ਵੱਡੇ ਰਾਈਟਰ ਨੇ ਜੀ ਰਾਜਵੀਰ ਕੌਰ ਜੀ ਇਹਨਾਂ ਦੇ ਮਿਸਿਸ ਨੇ ਜੀ ਇਹ ਵੀ ਪੰਜਾਬੀ ਟੀਚ ਕਰਕੇ ਰਿਟਾਇਰ ਹੋਏ ਨੇ ਜੀ ਡਾਕਟਰ ਕੁਲਵੀਰ ਗੋਜਰਾ ਜੀ ਇਹ ਸਾਡੇ ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਨੇ ਉੱਥੇ ਦਿੱਲੀ ਨੂੰ ਜੇ ਦਿੱਲੀ 'ਚ ਪੰਜਾਬੀ ਨੂੰ ਕੋਈ ਸਾਂਭ ਰਹੇ ਨੇ ਤਾਂ ਇਹ ਚੰਦ ਲੋਕ ਨੇ ਇਹ ਸਾਡੇ ਬਹੁਤ ਹੀ ਮਾਣਮੱਤੀ ਸ਼ਖਸੀਅਤ ਨੇ ਜੀ ਮੁਕਤਸਰ ਸਾਡੇ ਕਾਲਜ ਆ ਉੱਥੇ ਪ੍ਰਿੰਸੀਪਲ ਨੇ ਔਰ ਬਹੁਤ ਸੋਹਣਾ ਲਿਖਦੇ ਨੇ ਅਤੇ ਆਪਾਂ ਜਦੋਂ ਸਾਰੇ ਪੇਪਰ ਪੜ੍ਹ ਲਏ ਜਾਣਗੇ ਸਾਰੇ ਇਹਨਾਂ ਦੇ ਜਿਹੜੇ ਕੰਕਲੂਡਿੰਗ ਵਿਊਜ਼ ਹੋਣਗੇ ਉਹ ਆਪਾਂ ਇਹਨਾਂ ਤੋਂ ਸੁਣਾਂਗੇ ਸੁਲਤਾਨਾ ਬੇਗਮ ਜੀ ਇਹ ਸਾਡੇ ਡਾਇਰੈਕਟਰ ਰਿਟਾਇਰ ਹੋਏ ਨੇ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਅਤੇ ਪੰਜਾਬੀ ਦੇ ਬਹੁਤ ਵਧੀਆ ਰਾਈਟਰ ਨੇ ਅਤੇ ਨਜ਼ਮਾਂ ਵੀ ਬਹੁਤ ਵਧੀਆ ਸੁਣਾਉਂਦੇ ਨੇ ਅਤੇ ਇਨਸ਼ਾਅੱਲਾ ਜਦੋਂ ਨਜ਼ਮਾਂ ਦਾ ਦੌਰ ਆਏਗਾ ਤਾਂ ਇਹਨਾਂ ਤੋਂ ਜ਼ਰੂਰ ਸੁਣਾਂਗੇ ਜੈਨਿੰਦਰ ਸਿੰਘ ਚੌਹਾਨ ਜੀ ਇਹ ਵੀ ਸਾਡੇ ਪੰਜਾਬੀ ਦੇ ਰਾਈਟਰ ਨੇ ਨਾਭੇ ਤੋਂ ਬਹੁਤ ਸੋਹਣਾ ਲਿਖਦੇ ਨੇ ਰਾਜਵਿੰਦਰ ਕੌਰ ਜੀ ਇਹ ਸਰਦਾਰ ਸੰਤ ਪ੍ਰਕਾਸ਼ ਸਿੰਘ ਸੰਧੂ ਸਵਰਾਜ ਸੰਧੂ ਉਹਨਾਂ ਦੇ ਮਿਸਿਜ ਨੇ ਇਹ ਵੀ ਪੰਜਾਬੀ ਲਿਖਦੇ ਨੇ ਖਾਲਿਦ ਅਸ਼ਰਫ ਸਾਹਿਬ ਇਹ ਉਰਦੂ ਦੇ ਪ੍ਰੋਫੈਸਰ ਨੇ ਜੀ ਦਿੱਲੀ ਯੂਨੀਵਰਸਿਟੀ ਬੜਾ ਵਧੀਆ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਰਿਟਾਇਰ ਹੋ ਰਹੇ ਨੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਉਰਦੂ ਸਿਖਾਉਣੀ ਹੈ ਜੀ ਸਰਦਾਰ ਹਰਜੀਤ ਸਿੰਘ ਸੋਹੀ ਮੇਰਾ ਖਿਆਲ ਇੱਥੇ ਹੈ ਨਹੀਂ ਹੈ ਜੀ ਉਹ ਸਾਡੇ ਚੀਫ ਇਨਕਮ ਟੈਕਸ ਕਮਿਸ਼ਨਰ ਰਿਟਾਇਰ ਹੋਏ ਨੇ ਸਾਡੇ ਮੁਲਕ ਚੋਂ ਇੰਡੀਅਨ ਰੈਵਨਿਊ ਸਰਵਿਸਿਸ ਚੋਂ ਡਾਕਟਰ ਭਾਰਤਵੀਰ ਕੌਰ ਸੰਧੂ ਜੀ ਇਹ ਟੀਚ ਕਰਦੇ ਨੇ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਇਹਨਾਂ ਦਾ ਗੁਰੂ ਨਾਨਕ ਦੇ ਫਲਸਫੇ 'ਤੇ ਬਹੁਤ ਕੰਮ ਆ ਅਤੇ ਉੱਥੇ ਗੁਰੂ ਨਾਨਕ ਸਟੱਡੀਜ਼ ਡਿਪਾਰਟਮੈਂਟ ਦਾ ਉੱਥੇ ਇਹ ਪ੍ਰੋਫੈਸਰ ਨੇ ਜੀ ਪੰਜਾਬੀ 'ਚ ਕਾਫੀ ਲਿਖਤਾਂ ਨੇ ਇਹਨਾਂ ਦੀਆਂ ਅਮਰਪਾਲ ਸਿੰਘ ਰੰਧਾਵਾ ਸਾਹਿਬ ਇਹ ਸਾਡੇ ਅੰਮ੍ਰਿਤਸਰ ਦੇ ਸਭ ਤੋਂ ਮੰਨੇ ਪ੍ਰਮੰਨੇ ਵਕੀਲ ਨੇ ਜੀ ਸ਼ਿਵ ਕੁਮਾਰ ਬਟਾਲਵੀ ਦੇ ਜਿਵੇਂ ਡਾਕਟਰ ਦੀਪਕ ਸਾਥੀ ਨੇ ਉਵੇਂ ਅਮਰਪਾਲ ਰੰਧਾਵਾ ਵੀ ਉਹਨਾਂ ਨਾਲ ਹਮ ਪਿਆਲਾ ਰਹੇ ਨੇ ਜੀ ਹਰਵਿੰਦਰ ਸਿੰਘ ਇਹ ਸਾਡੇ ਫਾਈਨੈਂਸ ਡਿਪਾਰਟਮੈਂਟ ਤੋਂ ਸੈਕਟਰੀ ਰਿਟਾਇਰ ਹੋਏ ਨੇ ਸਾਡੀਆਂ ਜਿਹੜੀਆਂ ਸਾਨੂੰ ਇਨਸ਼ਾਅੱਲਾ ਤਨਖਾਹਾਂ ਮਿਲਦੀਆਂ ਸੀ ਉਹ ਇਹਨਾਂ ਦੀ ਬਦੌਲਤ ਮਿਲਦੀਆਂ ਸੀ ਬਹੁਤ ਅੱਛੀ ਪੰਜਾਬੀ ਲਿਖਦੇ ਨੇ ਪਰਮਜੀਤ ਸਿੰਘ ਇਹ ਸਾਡੇ ਚੰਡੀਗੜ੍ਹ ਤੋਂ ਨੇ ਇਹ ਵੀ ਪੰਜਾਬੀ ਦੇ ਰਾਈਟਰ ਨੇ ਜੀ ਪਰਵੇਸ਼ ਕੌਰ ਇਹ ਇਹਨਾਂ ਦੇ ਬੇਗਮ ਨੇ ਜੀ ਇਹ ਵੀ ਪੰਜਾਬੀ ਲਿਖਦੇ ਨੇ
ਅਮਨਦੀਪ ਸਿੰਘ ਫੱਲੜ ਇਹ ਸਾਡੇ ਲੁਧਿਆਣੇ ਤੋਂ ਨੇ, ਇਹ ਵੀ ਰਾਈਟਰ ਨੇ ਜੀ ਤੇ ਬਹੁਤ ਸੋਹਣਾ ਲਿਖਦੇ। ਗਿੱਲ ਸਾਹਿਬ ਦਲਜੀਤ ਸਿੰਘ ਸਾਹਿਬ ਇਹ ਸੰਗਰਾਲੇ ਤੋਂ ਨੇ ਜੀ, ਮਰਤੋ ਸਾਹਿਬ ਦੇ ਕਹਿੰਦੇ ਇਲਾਕੇ ਤੋਂ ਨੇ, ਉਹਨਾਂ ਦੇ ਪਿੰਡ ਤੋਂ ਨੇ, ਬਹੁਤ ਉਮਦਾ ਕਹਾਣੀਕਾਰ ਨੇ, ਬਹੁਤ ਵਧੀਆ ਕਹਾਣੀ ਲਿਖਦੇ। ਧਾਮੀ ਸਾਹਿਬ ਥੈਂਕ ਯੂ ਜੀ। ਅਮਨਜੀਤ ਕੌਰ ਸੇਖੋਂ ਇਹ ਜਿਹੜੇ ਸਾਡੇ ਕਮਿਸ਼ਨਰ ਨੇ ਲੁਧਿਆਣੇ ਦੇ, ਉਹਨਾਂ ਦੇ ਵਾਈਫ ਨੇ ਜੀ। ਗੁਰਬਖਸ਼ ਰਾਏ ਇਹ ਮੇਰੇ ਅੰਮੀ ਜਾਨ ਨੇ, ਔਰ ਮੇਰੀ ਖਾਹਿਸ਼ ਸੀ ਕਿ ਮੈਂ 5 ਵਾਰ ਆ ਗਿਆ ਤੇ ਮੈਂ ਆਪਣੀ ਅੰਮੀ ਨੂੰ ਜ਼ਰੂਰ ਲਾਹੌਰ ਦਿਖਾਉਣਾ। ਸੋ ਇਨਸ਼ਾਅੱਲਾ ਵਾਹਿਗੁਰੂ ਨੇ, ਅੱਲਾਹ ਨੇ ਮੇਰੀ ਇਹ ਫਰਿਆਦ ਪੂਰੀ ਕੀਤੀ ਹੈ। ਖਸਾਣਾ ਸਾਹਿਬ ਦਲਜੀਤ ਸਿੰਘ ਇਹ ਸਾਡੇ ਦਲਜੀਤ ਸਿੰਘ ਸਰਾਭ